ਕਮਰੇ 'ਚ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼। ਬਠਿੰਡਾ ਵਿਖੇ ਭੇਤ ਭਰੇ ਹਾਲਾਤਾਂ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਲਾਸ਼ ਉਸਦੇ ਕਮਰੇ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਰਜਿੰਦਰ ਕੁਮਾਰ ਵਾਸੀ ਤਲਵੰਡੀ ਜੱਟਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ, ਜੋ ਕਿ ਬਠਿੰਡਾ ਪੁਲਿਸ ਲਾਈਨ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਬਠਿੰਡਾ ਦੇ ਬੱਸ ਸਟੈਂਡ ਦੇ ਪਿੱਛੇ ਕੋਰਟ ਰੋਡ 'ਤੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਇਸ ਸੰਬੰਧੀ DSP ਦਵਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ 3 ਦਿਨ ਪਹਿਲਾਂ ਡਿਊਟੀ 'ਤੇ ਆਇਆ ਸੀ ਅਤੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡਾ ਪੁਲਿਸ ਮੁਲਾਜ਼ਮ ਹੈ, ਕਾਂਸਟੇਬਲ ਹੈ, ਪੁਲਿਸ ਲਾਈਨ 'ਚ ਪੋਸਟਡ ਹੈ। ਰਜਿੰਦਰ ਕੁਮਾਰ ਇਹਦਾ ਨਾਂ ਹੈ। ਇਹ ਇੱਥੇ ਕਿਰਾਏ 'ਤੇ ਰਹਿ ਰਿਹਾ, ਬੱਸ ਸਟੈਂਡ ਦੇ ਮਗਰਲੇ ਪਾਸੇ। ਇਹ 6-7 ਮਹੀਨੇ ਤੋਂ ਕਿਰਾਏ 'ਤੇ ਰਹਿ ਰਿਹਾ, ਹੁਣ ਇਹ ਪੁਲਿਸ ਲਾਈਨ 'ਚ ਪੋਸਟਡ ਡਿਊਟੀ ਕਰ ਰਿਹਾ ਆਪਦੀ। ਇਹਦੀ ਲੱਗਦਾ ਜਿਵੇਂ ਅੱਜ ਸੁਬਾਹ ਆ ਕੇ ਪਤਾ ਲੱਗਿਆ ਵੀ ਡੈੱਡ ਬੋਡੀ ਇੱਥੇ ਪਈ ਆ ਇਹਦੇ ਕਮਰੇ 'ਚ, ਅੰਦਰੋਂ ਲੋਕ ਅੰਦਰੋਂ ਕਮ ਕੁੰਡਾ ਲੱਗਾ ਹੋਇਆ ਸੀਗਾ। ਉਹ ਆ ਕੇ ਦੇਖੀ ਆ, ਲੱਗਦਾ ਤਾਂ ਨੈਚੁਰਲ ਡੈੱਥ ਹੈ ਅਤੇ ਬਾਕੀ ਅਸੀਂ ਡੈੱਡ ਬੋਡੀ 'ਤੇ ਲੈ ਕੇ ਚੱਲੇ ਹਾਂ। ਸ਼ਾਇਦ ਹੋ ਸਕਦਾ ਕੋਈ ਗਰਮੀ ਨਾਲ ਜਾਂ ਇਸ ਤਰ੍ਹਾਂ ਕਿਸੇ ਕਾਰਨ ਵਜ੍ਹਾ ਦੀ ਮੌਤ ਹੋਈ ਹੈ। ਪੋਸਟਮਾਰਟਮ ਵਗੈਰਾ ਕਰਾ ਰਹੇ ਹਾਂ, ਕਾਰਵਾਈ ਕਰ ਰਹੇ। 3 ਦਿਨ ਪਹਿਲਾਂ ਡਿਊਟੀ ਗਿਆ ਸੀਗਾ, ਹੁਣ 3 ਦਿਨ ਤੋਂ ਡਿਊਟੀ 'ਤੇ ਨਹੀਂ ਸੀਗਾ, ਅੱਜ ਤੀਸਰਾ ਦਿਨ ਹੈਗਾ ਅਤੇ ਬਾਕੀ ਚੱਲ ਕਰ ਰਹੇ ਹਾਂ। ਨਹੀਂ ਨਹੀਂ ਕੋਈ ਉਹੋ ਜਿਹਾ ਹਾਲੇ ਵੈਸੇ ਡੈੱਡ ਬੋਡੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ 2 ਦਿਨ 'ਚ ਕਾਫੀ ਗਲ ਸੜ ਜਾਂਦੀ ਜਲਦੀ। ਅੱਜ ਲੋਕਾਂ ਨੂੰ ਸਵੇਰੇ ਸਮੈਲ ਆਈ ਹੈ ਤਾਂ ਉਹਨਾਂ ਨੇ ਜਾ ਕੇ ਦੇਖੀ ਹੈ। ਬਾਕੀ ਜਿਹੜੀ ਜੋ ਕਿ ਹੋਊਗਾ ਤਾਂ ਉਹਦੀ ਪੋਸਟਮਾਰਟਮ 'ਚ ਗੱਲ ਕਲੀਅਰ ਹੋਊਗੀ।